हाँ जी शजेब, नवी गड्डी लाए हैं यार। ओ केड़ी गड्डी आंदी आ जनाब? गड्डी आंदी है GLI 13 मॉडल, ओ भी ऑटोमेटिक। बहु क्लास नी गड्डी है नो। ओ मारो डंगर आदमी, ये क्या कीती? उत्तू ही कुछ आख्या, ओ पेट्रोल गड्डी आन, ओ भी ऑटोमेटिक। पहाड़ी एरिया च कोई कामयाब है पेट्रोल गड्डी, ओ भी ऑटो? यार क्या तड़ा आखने का मतलब है, ये पेट्रोल ते डीजल इक्के कुजी होनी नी यार। ਕਿਹੜਾ ਬੰਦਾ ਕਿਸੇ ਕੋਲ ਸਲਾਹ ਮਸ਼ਵਰਾ ਇੰਨਾ? ਤੂੰ ਜਾ ਕੇ ਆਟੋਮੈਟਿਕ ਗੱਡੀ ਚੁੱਕਣ ਦੀ ਆ, ਉਹ ਵੀ ਪੈਟਰੋਲ। ਇਹ ਪਹਾੜੀ ਏਰੀਆ, ਇੱਥੇ ਡੀਜ਼ਲ ਗੱਡੀਆਂ ਬਾਦਸ਼ਾਹ ਗੱਡੀਆਂ, ਤੂੰ ਪੈਟਰੋਲ ਕੈਸੇ ਲੈ ਯਾਰ? ਯਾਰ ਏਡੀ ਵੱਡੀ ਗੱਲ ਕੋਈ ਨਹੀਂ, ਜਿਸ ਸ਼ੋਰੂਮ ਮੈਂ ਤੁਹਾਨੂੰ ਗੱਡੀ ਆਉਂਦੀ ਉੱਥੇ ਡੀਜ਼ਲ ਵੀ ਹੈ, ਲੈ ਆਉਣਾ ਹੋਊਗੀ। ਤਾਂ ਇਸੇ ਗੱਲ ਆਖਣੇ ਨਾ ਕਿ ਕੋਈ ਚੀਜ਼ ਹੀ ਨਣੇ, ਤੂੰ ਪਹਿਲੇ ਕਿਸੇ ਸਿਆਣੇ ਕੋਲੋਂ ਮਸ਼ਵਰਾ ਹੀ ਨਹੀਂ ਨਾ, ਤਾਂ ਇਹ ਜਾਓ ਤਾਂ ਇਹ ਦੇਗਾ ਤਾਂ ਕੋਈ ਡੀਜ਼ਲ ਗੱਡੀ ਨਹੀਂ ਗਾ। ਉਹ ਠੀਕ ਹੈ ਵੱਡੇ ਸਿਆਣਾ ਸਾਹਿਬ, ਕੱਲ ਜਾਵਾਂਗਾ ਗੱਡੀ ਚੇਂਜ ਕਰਾ ਲੈ ਆਵਾਂਗਾ, ਡੀਜ਼ਲ ਲੈ ਆਵਾਂਗਾ, ਐਡਾ ਕਿਹੜਾ ਵੱਡੀ ਗੱਲ ਹੈ। ਹਾਂਜੀ ਸ਼ਜੇਬ ਸਾਹਿਬ, ਲੈ ਆਂ 2D ਡੀਜ਼ਲ, ਹੁਣ ਠੀਕ ਹੈ? ਓ ਹੋ ਗਾਮੀ, ਗੱਡੀ ਤਾਂ ਤੂੰ ਲੈਂ, ਇਸੀ ਚੱਲੇ ਵੀ ਦੋ ਮਿਸਟੇਕਾਂ, ਇੱਕ ਤਾਂ ਇਸ ਨਾਲ ਰੰਗ ਕਾਲਾ, ਤੇ ਦੂਆ ਇਸੀ ਤੂੰ ਲਾਏ ਰਿਮ ਚੜਾਏ, ਇਹ ਲਾਏ ਰਿਮਾਂ ਤਾਂ ਗੱਡੀ ਖਟਕ ਜਾਣੀ ਹੈ, ਉਧਰੋਂ ਤੇਲ ਵੀ ਜ਼ਿਆਦਾ ਖਾਣੀ ਹੈ, ਤੇ ਕਾਲਾ ਰੰਗ 24 ਘੰਟੇ ਮਾਂਜਣਾ ਰਵੇਗਾ ਇਸੀ। ਯਾਰਾ ਇੱਕ ਤਾਂ ਤੁਸੀਂ ਗੱਡੀ ਨਹੀਂ ਪਸੰਦ ਆਉਣੀ, ਲੈ ਆ ਕਹਿ ਗਾ ਸੁਣ, ਠੀਕ ਹੈ ਗੀ, ਚੰਗੀ ਭਲੀ ਹੈਗੀ। ਹੈਲੋ, ਇਹ ਮੀਰਪੁਰ ਨੰਬਰ ਗੱਡੀ ਲੈ ਆਏ, ਇਸਦੀ ਤਾਂ ਕੋਈ ਵੈਲਿਊ ਹੀ ਨਹੀਂ, ਇਸੀ ਵੇਚੇਗਾ ਕਿਸ ਤਰ੍ਹਾਂ ਮੁੜ ਗਿਆ? ਇਹ ਤਾਂ ਨਹੀਂ ਮੁੜਾ ਵਿਕਣ ਲੱਗੀ, ਮੀਰਪੁਰ ਨੰਬਰ ਨਹੀਂ ਤਾਂ ਕੋਈ ਵੈਲਿਊ ਨਹੀਂ। ਉਹ ਬਸ ਕਰ, ਉਹ ਬਸ ਕਰ, ਮੀਰਪੁਰ ਨੰਬਰ ਹੈਗਾ ਤਾਂ ਕਹਿ ਗਾ, ਕਾਗਜ਼ ਸ਼ਾਗਜ਼ ਇਸਨੇ ਮੌਜੂਦ ਹਨ, ਕੋਈ ਚੋਰੀ ਨਹੀਂ ਤਾਂ ਨਹੀਂ। ਇਹ ਜਿਲ੍ਹਾ ਵੇਚਣ ਜਾਏਗਾ ਨਾ, ਉਹਲਾ ਤੁਸੀਂ ਪਤਾ ਲੱਗੇਗਾ। ਤੜਾ ਗਿਆ ਦਿਲ, ਮੈਂ ਰੂਸੀ ਟਰੈਕਟਰ ਹੀ ਨਹੀਂ ਨਾ, ਐ ਮਾਰਨਾ ਰਹਿਣਾ।